ਬਰਨਾਲਾ ਦੇ ਕਸਬਾ ਸ਼ੈਣਾ 'ਚ ਰਾਸ਼ਨ ਵਾਸਤੇ ਲੋੜਵੰਦ ਲੋਕਾਂ ਦੀ ਲਿਸਟ ਬਣਾ ਕੇ ਪਰਤ ਰਹੇ ਪੰਚਾਇਤੀ ਸਕੱਤਰ ਜਗਦੇਵ ਸਿੰਘ ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੇ ਮੁਤਾਬਿਕ ਪਿੰਡ ਦੀ ਮਹਿਲਾ ਸਰਪੰਚ ਮਲਕੀਤ ਕੌਰ ਦੇ ਬੇਟੇ ਸੁਖਵਿੰਦਰ ਸਿੰਘ ਨੇ ਪਹਿਲਾਂ ਗਾਲੀ ਗਲੋਚ ਕੀਤੀ, ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਉਹਨਾਂ ਦੀ ਪਗੜੀ ਵੀ ਉਤਾਰ ਦਿੱਤੀ। ਇਹ ਰਿਕ ਮੁਲਾਜ਼ਮ ਨੂੰ ਗਲਤ ਬੋਲਦਾ, ਸਾਡੇ ਅਫਸਰਾਂ ਨੂੰ ਗਲਤ ਬੋਲਦਾ, ਇਹਦੇ ਰੋਜ਼ ਹੀ ਬਿਆਨ ਆਉਂਦੇ, ਗੁੰਡਾਗਰਦੀ ਕਰਦਾ ਗਾ, ਰਿਕ ਮੁਲਾਜ਼ਮ ਨੂੰ ਇਹ ਗਾਲੀ ਗਲੋਚ ਕਰਦਾ, ਅਫਸਰਾਂ ਤੱਕ ਨੂੰ ਕਰਦਾ। ਕੱਲ੍ਹ SSP ਸਾਹਿਬ ਰਾਸ਼ਨ ਵੰਡਣ ਗਏ ਸੀ, ਉਹਨਾਂ ਨੂੰ ਵੀ ਫੇਸਬੁੱਕ 'ਤੇ ਇਹਨੇ ਲਾਈਵ ਹੋ ਕੇ ਕਿਹਾ SSP ਸਾਹਿਬ ਖੁਦ ਕਾਨੂੰਨ ਤੋੜਦੇ, ਰਿਕ ਨੂੰ ਗਲਤ ਬੋਲਦਾ ਅਤੇ ਗੁੰਡਾਗਰਦੀ ਕਰਦਾ। ਸਾਰੇ ਮੁਲਾਜ਼ਮ ਅੱਜ ਧਰਨਾ ਦੇਵਾਂਗੇ, ਜੇ ਤਾਂ ਕਾਰਵਾਈ ਨਾ ਕੀਤੀ ਉਹਨਾਂ ਚਿਰ ਅਸੀਂ ਕੋਈ ਕੰਮ 'ਤੇ ਨਹੀਂ ਆਵਾਂਗੇ। ਆਪਣੇ ਵਿਭਾਗ ਦੇ ਅਧਿਕਾਰੀ ਨਾਲ ਕੀਤੀ ਗਈ ਇਸ ਕੁੱਟਮਾਰ ਦੇ ਵਿਰੋਧ 'ਚ ਵਿਭਾਗ ਦੇ ਮੁਲਾਜ਼ਮਾਂ ਨੇ ਡਿਪਟੀ ਕਮਿਸ਼ਨਰ ਕੋਲੋਂ ਕਾਰਵਾਈ ਦੀ ਮੰਗ ਕੀਤੀ ਅਤੇ ਇਸ ਵਾਰਦਾਤ ਖਿਲਾਫ ਨਾਅਰੇਬਾਜ਼ੀ ਕੀਤੀ। ਪੰਚਾਇਤ ਸਕੱਤਰ ਜੀ, ਅੱਜ ਮੈਂ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਰਿਪੋਰਟਾਂ ਲੈਣ ਵਾਸਤੇ ਜੋ ਸਰਕਾਰ ਵੱਲੋਂ ਮੈਨੂੰ ਹੁਕਮ ਆਇਆ ਸੀ ED ਸਾਹਿਬ ਵੱਲੋਂ, ਮੈਂ ਲੈਣ ਗਿਆ ਸੀ ਪਿੰਡ ਦੇ ਵਿੱਚ ਅਤੇ ਉਹਦੇ ਸੰਬੰਧ ਵਿੱਚ ਸੁਖਵਿੰਦਰ ਸਿੰਘ ਅਤੇ 4-5 ਜਣੇ ਉਹਦੇ ਨਾਲ ਹੋਰ ਸੀ, ਉਹ ਆਏ ਜੀ, ਆ ਕੇ ਮੇਰੀ ਗੱਡੀ ਦੇ ਮੂਹਰੇ ਗੱਡੀ ਲਾ ਕੇ ਉਹਨਾਂ ਨੇ ਮੈਨੂੰ ਘੇਰ ਲਿਆ ਜੀ ਗੈਸ ਏਜੰਸੀ ਦੇ ਕੋਲ, ਅਤੇ ਮੇਰੇ ਨਾਲ ਥੱਪੜ ਲਾ ਕੇ ਮੇਰੀ ਪੱਗ ਵੀ ਲਾਈ ਉਹਨੇ ਅਤੇ ਖਿੱਚਤੂ ਵੀ ਕੀਤੀ। ਮੈਨੂੰ ਐਂ ਲੱਗਦਾ ਮੇਰੀ ਬਾਂਹ ਵੀ ਸ਼ਾਇਦ ਫੈਕਚਰ ਆ, ਕਿਉਂਕਿ ਉਹਨੇ ਬਾਂਹ ਵੀ ਮਰੋੜੀ ਹੈ, ਮੇਰੀ ਬਾਂਹ ਦੋਨੋਂ ਮਰੋੜੀ ਹੈ ਜੀ। ਸਵੇਰਾ ਟਾਈਮਸ ਲਈ ਬਰਨਾਲਾ ਤੋਂ ਹਿਮਾਂਸ਼ੂ ਦੁਆ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।